असी कर रहे हैं क्लास 9th चैप्टर है साडा 13th है सरफेस एरिया एंड वॉल्यूम। सो एक्सरसाइज है 13.3 जिस दा क्वेश्चन है साडे कोल 6th। सो क्वेश्चन है साडे कोल शंकुकार दा मकबरा है, टोंब दिता गया है। सो जिस दी तिरछी ऊंचाई है स्लैंट है साडे कोल 25 मीटर अते जिस दे आधार दा अर्धव्यास जो है साडे कोल है 14 या 14 मीटर। सो नाल ही सानू कहा कि उस मकबरे नू जदों सफेदी या वाइट वॉश करवाया जांदा है ता 100 मीटर स्क्वायर दा जिहड़ा खर्चा है ओह 210 रुपए है। हुण ध्यान नाल समझो, जदों असीं पेंट करांगे ता साडे कोल नीचे वाले हिस्से दा पेंट नहीं होएगा, इहदा मतलब जदों पेंट करांगे असीं इह हिस्सा पेंट करांगे, ठीक है इह वाला। सो जदों इस नूं पेंट करदे हां असीं ता असीं आ देखो साडे कोल इह पार्ट बणेगा टोटल, इस दे विचों असीं मतलब कि 100 मीटर स्क्वायर है साडे कोल। इसका मतलब यह होया कि साडे कोल जदों 100 स्क्वायर बनावांगे ता साडे कोल 100 मीटर इस साइड ते 100 मीटर इस साइड ते इस तरह दे एक बॉक्स दा मतलब जिहड़ा स्केयर दा वर्ग दा खर्चा है जिहड़ा ओह 210 रुपए है। सर तां इस दे विच असीं इह वेखणा कि पहलां तां इस दे विच इस तरह दे किन्ने जिहड़े कि 100 वर्ग मीटर स्केयर जिहड़े ओह बणदे हन। सो सल्यूशन देखदे हां असीं, सी एस ई दी गल कीती गई है साडे कोल देखो इस ते कि ਸਫੈਦੀ ਕਰਾਉਣ ਦਾ ਖਰਚਾ 100 ਮੀਟਰ ਸਕੇਅਰ ਹੈ 210 ਦਾ, ਸਾਡੇ ਕੋਲ ਇੱਥੇ ਕਲੀਅਰ ਹੋ ਗਿਆ ਕਿ ਅਸੀਂ ਸੀ ਐਸ ਏ ਫਾਈਂਡ ਕਰਾਂਗੇ। ਸੋ ਸਭ ਤੋਂ ਪਹਿਲਾਂ ਸੀ ਐਸ ਏ ਵੇਖਦੇ ਹਾਂ, ਮਕਬਰੇ ਦਾ ਸੀ ਐਸ ਏ ਬਰਾਬਰ ਪਾਈ ਆਰ ਐਲ, ਤਾਂ ਸਾਡੇ ਕੋਲ ਆ ਗਿਆ 22/7 ਗੁਣਾ ਆਰ ਕਿੰਨਾ ਹੈ ਸਾਡੇ ਕੋਲ 14 ਮੀਟਰ ਅਤੇ ਸਾਡਾ ਐਲ ਕਿੰਨਾ ਹੈ, ਸੋ ਐਲ ਸਾਡੇ ਕੋਲ 25 ਮੀਟਰ 25 ਮੀਟਰ 7 × 7 = 14 ਬਾਈ 25 ਨੂੰ 2 ਨਾਲ ਗੁਣਾ ਕਰੋ ਸਾਡੇ ਕੋਲ 50 ਆ ਗਿਆ ਅਤੇ ਨਾਲ ਆ ਗਿਆ ਸਾਡੇ ਕੋਲ ਇੱਥੇ ਮੀਟਰ ਸਕੇਅਰ ਆ ਜਾਏਗਾ। ਸੋ ਇਸ ਨੂੰ ਗੁਣਾ ਕਰੋ 0 ਆ ਗਿਆ, 5 × 2 = 10 ਬਾਈ 5 × 110 ਸਾਡੇ ਕੋਲ 1100 ਮੀਟਰ ਸਕੇਅਰ ਆ ਗਿਆ ਸਾਡੇ ਕੋਲ। ਹੁਣ ਇਹ ਕਿੰਨੇ ਮੀਟਰ ਸਕੇਅਰ ਹੈ, 1100। ਇਸ ਦੇ ਵਿੱਚੋਂ ਸਾਡੇ ਕੋਲ 100 ਮੀਟਰ ਸਕੇਅਰ ਦਾ ਖਰਚਾ ਜਿਹੜਾ 210 ਰੁਪਏ ਹੈ। ਹੁਣ ਇਸ ਤੋਂ ਬਾਅਦ ਦੇਖੋ ਸਾਡੇ ਕੋਲ 100 ਮੀਟਰ ਸਕੇਅਰ ਜਿਹੜਾ ਕਿਹਦੇ ਬਰਾਬਰ ਹੈ, 210 ਰੁਪਏ ਦੇ ਬਰਾਬਰ ਹੈ। ਹੁਣ ਅਸੀਂ 1100 ਮੀਟਰ ਸਕੇਅਰ ਦੇ ਵਿੱਚ ਦੇਖਣੇ ਕਿ ਸਾਡੇ ਕੋਲ ਇਸ ਤਰ੍ਹਾਂ ਦੇ ਕਿੰਨੇ 100 ਮੀਟਰ ਸਕੇਅਰ ਉਹ ਬਣ ਰਹੇ ਹਨ। ਇੱਥੇ ਅਸੀਂ ਦੇਖਦੇ ਹਾਂ ਜਿੰਨੇ 100 ਮੀਟਰ ਸਕੇਅਰ ਹਨ ਬਰਾਬਰ 1100 ਮੀਟਰ ਸਕੇਅਰ ਡਿਵਾਈਡ ਬਾਏ 100 ਮੀਟਰ ਸਕੇਅਰ। ਸੋ ਮੀਟਰ ਸਕੇਅਰ ਹੈ, ਮੀਟਰ ਸਕੇਅਰ ਕੈਂਸਲ, 0 × 0 = 0 ਕੈਂਸਲ, ਸਾਡੇ ਕੋਲ ਆ ਗਿਆ 11। ਸੋ ਸਾਡੇ ਕੋਲ 11 ਜਿਹੜੇ 100 ਮੀਟਰ ਸਕੇਅਰ ਇਸ ਤਰ੍ਹਾਂ ਦੇ ਕਿੰਨੇ ਬਣਦੇ ਹਨ, ਸਾਡੇ ਕੋਲ ਬਾਕਸ ਜਿਹੜੇ ਨੇ ਉਹ 11 ਬਣਦੇ ਹਨ। ਇਸ ਲਈ ਕੁੱਲ ਸਫੈਦੀ ਕਰਾਉਣ, ਇਸ ਲਈ ਸਫੈਦੀ ਕਰਾਉਣ ਦਾ ਕੁੱਲ ਖਰਚਾ ਬਰਾਬਰ 210 ਗੁਣਾ 11 ਰੁਪਏ। ਹੁਣ ਮਲਟੀਪਲਾਈ ਕਰੋ 1100, 11 × 1 = 11, 1 ਆਸਲ 11 × 22 = 1 23, 2310 ਰੁਪਏ ਜਿਹੜਾ ਸਾਡੇ ਕੋਲ ਆਨਸਰ ਹੈ ਇਸਦਾ ਉਹ ਆ ਜਾਂਦਾ ਹੈ। ਸੋ ਹੁਣ ਤੁਹਾਨੂੰ ਇੱਕ ਡਾਊਟ ਇੱਥੇ ਕਲੀਅਰ ਹੋ ਜਾਏਗਾ ਕਿ ਜਦੋਂ ਤੁਸੀਂ ਬੁੱਕ ਦੇ ਵਿੱਚ ਆਨਸਰ ਚੈੱਕ ਕਰੋਗੇ, ਤੁਹਾਡੀ ਟੈਕਸਟ ਬੁੱਕ 'ਚ ਜੋ ਦਿੱਤਾ ਗਿਆ ਉਹ ਆਨਸਰ ਦਾ ਥੋੜ੍ਹਾ ਜਿਹਾ ਸਾਡਾ ਫਰਕ ਹੈ। ਕਿਉਂ ਫਰਕ ਹੈ? ਕਿਉਂਕਿ ਜਿਹੜਾ ਕੁਐਸਚਨ ਹੈ, ਕੁਐਸਚਨ ਦੇ ਵਿੱਚ ਸਾਡੇ ਕੋਲ ਅਰਧ ਵਿਆਸ ਹੀ 14 ਮੀਟਰ ਦਿੱਤਾ ਗਿਆ ਹੈ, ਪਰ ਜਿਹੜਾ ਆਨਸਰ ਹੈ ਉਹ ਇਸ ਤਰ੍ਹਾਂ ਬਣਾਇਆ ਗਿਆ ਕਿ ਸਾਡੇ ਕੋਲ ਇਸ ਨੂੰ ਵਿਆਸ ਲੈ ਲਿਆ ਗਿਆ ਹੈ, 14 ਮੀਟਰ ਨੂੰ ਵਿਆਸ ਲੈ ਲਿਆ ਗਿਆ, ਫਿਰ ਇਸ ਦਾ ਰੇਡੀਅਸ ਕੱਢਿਆ ਗਿਆ 7 ਮੀਟਰ, ਫਿਰ ਇਸ ਕੁਐਸਚਨ ਨੂੰ ਸੋਲਵ ਕੀਤਾ ਗਿਆ ਹੈ ਜਿਸ ਨਾਲ ਆਨਸਰ ਜਿਹੜਾ ਸਾਡਾ ਫਰਕ ਆਇਆ ਉਹ ਸਹੀ ਹੋ ਜਾਂਦਾ ਹੈ। ਪਰ ਸਾਡੇ ਕੋਲ ਜੋ ਕੁਐਸਚਨ ਹੈ ਉਹ 14 ਮੀਟਰ ਅਰਧ ਵਿਆਸ ਨਾਲ ਹੈ, ਇਸ ਲਈ ਸਾਡਾ ਕੁਐਸਚਨ ਜਿਹੜਾ ਉਹ ਸਹੀ ਹੈ। ਸੋ ਇਸ ਲਈ ਸਾਡਾ ਕੁਐਸਚਨ ਨੰਬਰ 6। ਸੋ ਜੇ ਵਧੀਆ ਲੱਗਾ ਹੈ ਤਾਂ ਲਾਈਕ ਜ਼ਰੂਰ ਕਰਨਾ ਹੈ, ਦੂਸਰੇ ਬੱਚਿਆਂ ਤੱਕ ਸ਼ੇਅਰ ਕਰੋ, ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਿ ਕੁਐਸਚਨ 'ਚ ਕੋਈ ਚੇਂਜ ਚਾਹੁੰਦੇ ਹੋ ਤਾਂ ਵੀ, ਅਗਰ ਵਧੀਆ ਲੱਗਿਆ ਤਾਂ ਵੀ, ਜੇਕਰ ਨਹੀਂ ਵਧੀਆ ਲੱਗਾ ਤਾਂ ਵੀ ਦੱਸਿਆ ਕਰੋ ਕਿ ਉਸ ਦੇ ਲਈ ਕੀਤਾ ਜਾਵੇ। ਥੈਂਕ ਯੂ, ਮਿਲਦੇ ਨੈਕਸਟ ਕਲਾਸ ਵਿੱਚ ਨੈਕਸਟ ਕੁਐਸਚਨ ਦੇ ਨਾਲ।